ਬਹੁਤ ਵਧੀਆ ਪੁੱਤਰ, ਕਿਵੇਂ ਆ ਬਾਈ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਠੀਕ ਠਾਕ ਹੋ? ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ। ਤੇ ਬਾਈ ਮੁੱਲ ਪਾ ਦਿਆ ਕਰੋ, ਬੇਨਤੀ ਹੱਥ ਬਣ ਕੇ ਗਰਮੀ, ਠੀਕ ਆ? ਖੁੱਡੇ ਵਾਸਤੇ ਹੀ ਪਾਉਂਦੇ ਆ ਤੇ ਆਪਦੇ ਵਾਸਤੇ ਵੀ ਬਾਈ ਵੀਡੀਓ ਪਾਉਂਦੇ ਆ, ਝੂਠ ਨਹੀਂ ਮਾਰਦੇ। ਤੇ ਲੈ ਕਮੈਂਟ ਸ਼ੇਅਰ ਕਰ ਦਿਆ ਕਰੋ ਦੱਬ ਕੇ ਵੀਰੇ। ਸ਼ਰਮਾ ਤਲਵੰਡੀ ਸਾਹਿਬ, ਭੁੱਲਰ ਤਲਵੰਡੀ। ਮੇਰਾ ਮੋਬਾਈਲ ਨੰਬਰ ਹੈਗਾ ਵਟਸਐਪ ਨੰਬਰ 88729945 45, ਕਾਲਿੰਗ ਨੰਬਰ 9478845 45, ਤੇ ਬਾਈ ਦੇ ਟਵਿੱਟਰ ਆਪਾਂ ਦਿਖਾਵਾਂਗੇ ਅੱਜ ਤਲਵੰਡੀ ਸਾਹਿਬ ਬੁੱਧਵਾਰ ਮੰਡੀ ਲੱਗੀ ਆ, ਤੇ ਆ ਜਾ ਬਾਈ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ ਬਾਈ? ਤਿੰਨ 855 ਦਿਖਾਵਾਂ, ਇੱਕ ਮੇਸੀ ਦਿਖਾਵਾਂਗੇ, ਇੱਕ ਫਾਰਮ 65 EPI। ਸਭ ਤੋਂ ਪਹਿਲਾਂ ਆ ਗਿਆ ਜੀ 855 ਕੋਕਾ ਪੀਸ ਟਰੈਕਟਰ, ਕੋਕਾ ਪੀਸ ਆ ਬਾਈ, 15 ਮਾਡਲ ਟਰੈਕਟਰ ਬਰਾਬਰ ਖੜਾ ਲਿਓ ਬੇਸ਼ੱਕ, ਠੀਕ ਹੈ ਗੱਲ। ਤੇ ਚਾ ਪਿਛਲੇ ਟਾਇਰ ਹੈਗਾ ਬਾਈ 80 ਕੁ ਪੈਸੇ, ਮੂਹਰਲੇ 70 ਕੁ ਪੈਸੇ ਟਾਇਰ ਆ, ਡੰਡਾ ਫੱਟੀ ਛੱਤਰੀ ਸਭ ਕੁਛ ਨਾਲ ਆ ਵੀਰੇ। ਤੇ 3,55,000 ਰੁਪਇਆ ਡਿਮਾਂਡ ਆ ਵੀਰੇ। ਕਿੰਨੇ ਦਾ? 3,35,000 ਦਾ ਜੀ। ਕੋਕਾ ਵੀ ਚਾਹੀਦਾ 3,20,000 ਨਾ ਕਹਿੰਦਾ ਮੈਂ ਟਰੈਕਟਰ ਦਾ, ਬਾਕੀ 15 ਮਾਡਲ ਵਰਗਾ ਬਾਈ ਰੇਟ ਜਾਇਜ਼ ਆ। 3,20,000 ਕਹਿੰਦਾ, ਕਿੰਨਾ ਗਿਆ ਸੀ ਤੂੰ? 20,000 ਦਾ। 25,000 ਦਾ ਲੈ ਜਾਓ ਬਾਈ, ਤੁਹਾਨੂੰ ਸ਼ਰਮ ਨੇ ਕਹਿਤਾ ਜੀ, ਲੈ ਜੀ। ਉਦੋਂ ਬਾਅਦ ਦੇ ਵਿੱਚ ਆ ਗਿਆ ਬਾਈ 14 ਮਾਡਲ ਆ, ਕਾਪੀ 15 ਦੀ ਆ, 11ਵੇਂ ਮਹੀਨੇ ਦਾ ਟਰੈਕਟਰ ਆ ਬਾਈ, ਟਰੈਕਟਰ ਪੂਰਾ ਸੋਹਣਾ, 90 ਪੈਸੇ ਟਾਇਰ ਆ ਬਾਈ ਚਾਰੇ, ਤੇ ਕਿਤੋਂ ਰੰਗ ਪੇਂਟ ਨਹੀਂ ਹੋਇਆ, ਸਾਰਾ ਓਰਿਜਨਲ ਟਰੈਕਟਰ ਆ, ਡੰਡਾ ਫਾਟੇ ਛਤਰੀ ਸਭ ਕੁਛ ਨਾਲ। ਅੱਛਾ, ਜਿਹੜਾ ਪਹਿਲਾਂ ਟਰੈਕਟਰ ਖਾ ਜੀ, ਉਹ ਤੇ ਲੋਨ ਨਹੀਂ ਹੋਣਾ, ਪੁਰਾਣਾ ਕੱਟਿਆ ਜੀ, ਇਹ ਤੇ ਲੋਨ ਫੈਂਸ ਵੀ ਹੋਜੂ, ਪੁਰਾਣਾ ਵੀ ਕੱਟਿਆ ਜੀ। 4,95,000 ਰੁਪਇਆ ਡਿਮਾਂਡ ਆ ਵੀਰੇ। ਕਿੰਨੇ ਦਾ? 60,000 ਦਾ ਲੈ ਜਾਓ ਯਾਰ ਬਾਈ, ਆਪੇ ਬਾਈ ਨੂੰ ਕਰ ਲੂ ਮੈਂ ਹਿਸਾਬ ਨਾਲ। ਉਦੋਂ ਬਾਅਦ ਆ ਗਿਆ ਇਹਦਾ ਖਰਚਾ ਬੜਾ ਘੱਟ ਹੁੰਦਾ ਯਾਰ, ਹਨਾ, ਤਕੜਾ ਬਹੁਤ ਹੁੰਦਾ। ਲੈ ਬਾਈ ਮਹਾ ਸ਼ਕਤੀ ਟਰੈਕਟਰ ਆ, 241 ਮੈਸੀ, ਬੇਟ ਬੂਟ ਬਾਈ ਰੇਜਨਲ ਨਾਲ ਹੀ ਲੱਗੇ ਹੋਏ ਆ, ਕੋਕਾ ਪੀਸ ਟਰੈਕਟਰ ਆ ਬਾਈ, ਡੰਡਾ ਫੱਟੀ ਛਤਰੀ ਸਭ ਕੁਛ ਨਾਲ ਆ, ਠੀਕ ਆ ਜੇ ਡੰਡਾ ਹੈ ਦਿੰਦਾ ਨੀ ਬਾਈ ਵੀਡੀਓ ਚ ਉਹ ਮਿਲੂਗਾ, ਠੀਕ ਆ। ਸਾਰਾ ਓਰਿਜਨਲ ਆ, ਮਾਡਲ ਹੈਗਾ 2009। 2,90,000 ਦਾ ਲਿਖੀ ਬੈਠਾ, ਕਿੰਨੇ ਦਾ? 2,70,000 ਦਾ ਜੀ। ਨਹੀਂ ਇਹ ਵੀ ਸੱਚ ਹੀ ਕਹਦੇ ਆ। ਵੀਡੀਓ ਦੇ ਵਿੱਚ ਅੱਗੇ ਆਵਾਜ਼ ਨਹੀਂ ਆਈ ਭਰਾ ਮੇਰੇ, ਅਤੇ ਜਿਹੜਾ ਵੀ ਟਰੈਕਟਰ ਤੁਹਾਨੂੰ ਫਿੱਟ ਆਉਂਦਾ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਅਸੀਂ ਉਹਦਾ ਰੇਟ ਦੱਸਾਂਗੇ, ਸਾਰਾ ਕੁਝ ਦੱਸਾਂਗੇ। ਤਲਵੰਡੀ ਸਾਬੋ ਮੇਲਾ ਲੱਗਦਾ ਹਰ ਬੁੱਧਵਾਰ, ਅਤੇ ਬੁੱਧਵਾਰ 'ਤੇ ਆ ਕੇ ਜਿਹੋ ਜਿਹਾ ਮਰਜ਼ੀ ਟਰੈਕਟਰ ਲੈ ਜਾਓ ਭਰਾ ਮੇਰੇ। ਅਤੇ ਬਾਕੀ ਜਿਹੜਾ ਵੀ ਤੁਹਾਨੂੰ ਇਹਨਾਂ 'ਚੋਂ ਟਰੈਕਟਰ ਫਿੱਟ ਲੱਗਦਾ ਸਾਨੂੰ ਕਮੈਂਟ ਕਰਕੇ ਪੁੱਛ ਲਿਓ ਵੀ ਇਹ ਟਰੈਕਟਰ ਕਿੰਨੇ ਦਾ ਬੋਲਿਆ, ਅਤੇ ਸਾਰਾ ਕੁਝ ਅਸੀਂ ਤੁਹਾਨੂੰ ਭਰਾ ਮੇਰੇ ਕਮੈਂਟਾਂ ਦੇ ਵਿੱਚ ਦੱਸ ਦਿਆਂਗੇ। ਅਤੇ ਮਾਫੀ ਚਾਹੁੰਦੇ ਹਾਂ, ਜਿਹੜੀ ਵੀਡੀਓ ਦੇ ਵਿੱਚ ਅੱਗੇ ਆਵਾਜ਼ ਨਹੀਂ ਆਈ ਸੀਗੀ, ਅਤੇ ਆਵਾਜ਼ ਤਾਂ ਕਰਕੇ ਨਹੀਂ ਆਈ ਸੀ ਕਿਉਂਕਿ ਮੈਂ ਇੱਕ ਭਰਾ ਮੇਰੇ ਡਾਊਨ ਹੋ ਗਿਆ ਅਤੇ ਪਤਾ ਲੱਗਿਆ ਨਹੀਂ। ਆਹ 2008 ਮਾਡਲ ਆ ਟਰੈਕਟਰ ਜਿਹੜਾ ਤੁਹਾਨੂੰ ਆਹ ਫਾਰਮ ਸੱਟ ਦਿਸੀ ਜਾਂਦਾ, ਅਤੇ ਸਾਰਿਆਂ ਦੇ ਰੇਟ ਅਸੀਂ ਫਾਰਮ 65 ਸਾਰਿਆਂ ਦੇ ਰੇਟ ਅਸੀਂ ਤੁਹਾਨੂੰ ਦੱਸ ਦਿਆਂਗੇ। ਅਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਜਿਹੜਾ ਵੀ ਤੁਹਾਨੂੰ ਕੋਈ ਟਰੈਕਟਰ ਫਿੱਟ ਲੱਗਦਾ ਉਹ ਅਸੀਂ ਤੁਹਾਨੂੰ ਸਾਰਿਆਂ ਦੇ ਰੇਟ ਦੱਸ ਦਿਆਂਗੇ। ਅਤੇ ਬਹੁਤ ਹੀ ਘੈਂਟ ਟਰੈਕਟਰ ਨੂੰ ਭਰਾ ਮੇਰੇ ਬਾਈ ਕੋਲ,
ਅਤੇ ਸ਼ਰਮੇ ਜੀ ਦਾ ਨੰਬਰ ਚੱਲੀ ਜਾਂਦਾ ਸਕਰੀਨ 'ਤੇ, ਅਤੇ ਸ਼ਰਮੇ ਨੂੰ ਫੋਨ ਲਾ ਲਿਓ। ਅੱਗੇ ਆ ਗਿਆ ਭਰਾ ਮੇਰੇ 855, ਬਹੁਤ ਹੀ ਘੈਂਟ ਰਾਈਡਰ ਆ ਭਰਾ ਮੇਰੇ। ਆਹ ਦੇਖੋ 18 ਮਾਡਲ ਆ ਇਹ, ਅਤੇ ਪੂਰਾ ਘੈਂਟ ਰਾਈਡਰ ਆ, ਨਵਾਂ ਟਰੈਕਟਰ ਆ ਯਾਰ, ਜਮਾਂ ਨਵਾਂ ਵਰਗਾ ਟਰੈਕਟਰ ਆ ਭਰਾ ਮੇਰੇ। ਅਤੇ ਸਾਰਾ ਅਸੀਂ ਤੁਹਾਨੂੰ ਦੱਸ ਦਿਆਂਗੇ ਵੀ ਇਹ ਕੀ ਰੇਟ ਦਾ, ਨਵਾਂ ਟਰੈਕਟਰ ਆ ਜਮਾਂ ਨਵਾਂ ਬਿਲਕੁਲ। ਅਤੇ ਕਮੈਂਟ ਕਰਕੇ ਅਤੇ ਸਾਨੂੰ ਪੁੱਛ ਲਿਓ, ਅਤੇ ਅਸੀਂ ਭਰਾ ਮੇਰੇ ਤੁਹਾਨੂੰ ਸਾਰਾ ਦੱਸ ਦਿਆਂਗੇ ਵੀ ਭਾਈ ਇੰਨੇ ਦਾ ਇਹ ਟਰੈਕਟਰ ਆ, ਇੰਨੇ ਦਾ ਇਹ ਟਰੈਕਟਰ ਆ। ਅਤੇ ਵੀਡੀਓ 'ਚ ਆਵਾਜ਼ ਨਹੀਂ ਆਈ ਸੀ, ਤਾਂ ਕਰਕੇ ਮੈਨੂੰ ਇਹਦੇ ਉੱਤੇ ਆਵਾਜ਼ ਲਾਉਣੀ ਪੈ ਗਈ। ਅਤੇ ਹਰ ਬੁੱਧਵਾਰ 'ਤੇ ਜਦੋਂ ਮਰਜ਼ੀ ਆ ਜਾਓ ਤਲਵੰਡੀ ਸਾਬੋ ਹੁੰਦੇ ਹਾਂ, ਅਤੇ ਘੈਂਟ ਤੋਂ ਘੈਂਟ ਟਰੈਕਟਰ ਦਵਾਵਾਂਗੇ ਤੁਹਾਨੂੰ ਭਰਾ ਮੇਰੇ। ਅਤੇ ਆਹ ਵੇਖੋ ਸ਼ਰਮਾ ਜੀ ਬਾਈ ਨਾਲ ਗੱਲ ਕਰੀ ਜਾਂਦੇ ਆ, ਅਤੇ ਗੱਲ ਕਰ ਇੱਥੇ ਮੈਂ ਇੱਕ ਭਰਾ ਮੇਰੇ ਡਾਊਨ ਹੋ ਗਏ, ਤਾਂ ਕਰਕੇ ਇਹ ਆਵਾਜ਼ ਲਾਉਣੀ ਪੈ ਗਈ। ਇਹ ਬਹੁਤ ਹੀ ਘੈਂਟ ਟਰੈਕਟਰ ਆ, ਸਿਰਾ ਟਰੈਕਟਰ ਆ ਯਾਰ, ਸਾਰੇ ਕਾਗਜ਼ਾਂ ਦੀ ਫੁੱਲ ਗਰੰਟੀ ਹੋਊਗੀ, ਅਤੇ ਇੰਜਣ ਗੇਅਰ ਦੀ ਫੁੱਲ ਗਰੰਟੀ ਹੋਊਗੀ। ਜੇ ਤੁਸੀਂ ਲਾਉਣ ਫੈਨਸ ਕਰਾਉਣਾ ਉਹ ਵੀ ਹੋਜੂਗਾ, ਜੇ ਕੋਈ ਪੁਰਾਣਾ ਟਰੈਕਟਰ ਕਟਾਉਣਾ ਉਹ ਵੀ ਕੱਟਿਆ ਜਾਊਗਾ, ਜਿਵੇਂ ਜਿੰਨੇ ਦਾ ਲੱਗੂਗਾ ਵੀ ਇੰਨੇ ਕੁ ਦਾ ਟਰੈਕਟਰ ਹੈਗਾ। ਜੇ ਤੁਹਾਨੂੰ ਐਂ ਵੀ ਇਹ ਟਰੈਕਟਰ ਘੱਟ ਕੱਟਦੇ ਆ, ਤਾਂ ਭਰਾ ਮੇਰੇ ਤੁਸੀਂ 8 ਦਿਨਾਂ ਦੇ ਵਿੱਚ ਟਰੈਕਟਰ ਆਪਦਾ ਵੇਚ ਕੇ ਅਤੇ ਬਾਈ ਨੂੰ ਪੈਸੇ ਦੇ ਦਿਓ, ਉਹ ਵੀ ਇਤਰਾਜ਼ ਨਹੀਂ। ਜੇ ਤੁਹਾਨੂੰ ਐਂ ਲੱਗਿਆ ਵੀ ਸਹੀ ਰੇਟ 'ਤੇ ਆਪਣਾ ਟਰੈਕਟਰ ਕੱਟੀਦਾ, ਤਾਂ ਤੁਸੀਂ ਟਰੈਕਟਰ ਘਟਾ ਸਕਦੇ ਹੋ। ਕਿਉਂਕਿ ਭਰਾ ਧੰਨਵਾਦ ਜਾਂਦੇ ਵਾਸਤੇ ਰਹੋ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ।